ਤੁਸੀਂ ਇਜ਼ਰਾਈਲ ਦੇਖੋ, ਇਜ਼ਰਾਈਲ ਇੱਕ ਮੁਲਕ ਆ, ਯਹੂਦੀਆਂ ਦਾ ਮੁਲਕ ਆ, ਉੱਥੇ ਸਰਕਾਰ ਆਮ ਲੋਕ ਚਲਾਉਂਦੇ ਨੇ, ਉੱਥੇ ਜਿਹੜੇ ਉਹਨਾਂ ਦੇ ਜਿਹੜੇ ਕੱਟੜ ਤੋਂ ਕੱਟੜ ਹੁੰਦੇ ਉਹ ਇੱਦਾਂ ਤਾਂ ਨਹੀਂ, ਸਗੋਂ ਸਹਿਯੋਗ ਦਿੰਦੇ ਨੇ ਉਹਨਾਂ ਨੂੰ ਵੀ ਠੀਕ ਹੈ ਤੁਸੀਂ ਧਰਮ 'ਚ ਪੱਕੇ, ਅਸੀਂ ਨਹੀਂ ਰਹਿ ਸਕਦੇ, ਤੁਸੀਂ ਰਹੋ ਪੱਕੇ ਧਰਮ 'ਚ, ਉਹ ਅਸੀਂ ਤਾਂ ਸਿੰਘ ਦੇ ਜਥੇ ਕੁਛ ਵੀ ਨਹੀਂ ਕਰਦੇ, ਜਿਹੋ ਜਿਹੀ ਉਹ ਮਰਿਆਦਾ ਰੱਖਦੇ ਨੇ। ਨਿਊਯਾਰਕ ਆ ਕੇ ਸ਼ਹਿਰ ਦੇ ਵਿੱਚ ਰਹਿ ਕੇ ਉਹਨਾਂ ਦਾ ਆਪਣਾ ਅਲੱਗ ਹੀ ਬਸਤੀ ਅਲੱਗ ਸਭ ਕੁਛ, ਉਹ ਜੋ ਜੋ ਕਰਦੇ ਨੇ ਉਹੀ ਕਰਦੇ ਨੇ, ਨਾ ਉਹ ਸ਼ਰਮ ਖਾਂਦੇ, ਨਾ ਕੋਈ ਮਾੜਾ ਕਹਿੰਦਾ ਉਹਨਾਂ ਨੂੰ। ਜੇ ਆਪਣੇ ਪੰਥ 'ਚ ਕੋਈ ਬੰਦਗੀ ਕਰਨੀ ਚਾਹੁੰਦਾ, ਕੋਈ ਮਰਿਆਦਾ ਰੱਖਣੀ ਚਾਹੁੰਦਾ, ਰੱਖ ਲੈਂਦਾ ਉਹਨੂੰ, ਇਸ ਗੱਲ ਦਾ ਕਿਉਂ ਫੋਰਸ ਕੀਤਾ ਜਾਂਦਾ ਵਾ। ਜਿਹੜੀ ਮਰਿਆਦਾ ਹੁਣ ਚੇਂਜ ਕੀਤੀ ਗਈ ਹੈ, ਮਰਿਆਦਾ ਪੁਰਾਣੀ ਕਰ ਦਿਉ, ਸਾਰੇ ਇੱਕ ਸਾਰਾ ਕੁਛ ਛਕਣਗੇ। ਮਰਿਆਦਾ ਤਾਂ ਇਹੀ ਸੀਗੀ ਸਿੱਖ ਨੇ ਸਿੱਖ ਉਹ ਛਕਣਾ, ਬਸ ਇਹ ਮਰਿਆਦਾ ਆ। ਪਰ ਜੇ ਹੁਣ ਸਿੱਖ ਤਿਆਰ ਬਤਿਆਰ ਨਾ ਰਹੇ, ਰੇੜੀਆਂ ਤੋਂ ਭਈਆਂ ਤੋਂ ਖਾਈ ਜਾਵੇ, ਨੜੀ ਮਾਰਾਂ ਤੋਂ ਖਾਂਦਾ, ਕੁੜੀ ਮਾਰਾਂ ਤੋਂ ਖਾਂਦਾ, ਬਾਹਰੋਂ ਆਪ ਵੀ ਕੁੜੀਆਂ ਮਾਰਦੇ ਨੇ, ਅਬੋਰਸ਼ਨ ਕਰੀ ਜਾਂਦੇ ਨੇ, ਮਰਿਆਦਾ ਤਾਂ ਅੱਜ ਕੱਲ੍ਹ ਸਿੱਖਾਂ ਨੇ ਤੋੜ ਦਿੱਤੀ ਆ। ਅਤੇ ਕਹਿੰਦੇ ਤੁਸੀਂ ਅਸੀਂ ਮਰਿਆਦਾ ਵੀ ਤੋੜਾਂਗੇ, ਅਸੀਂ ਵਾਲ ਵੀ ਕੱਟਾਂਗੇ, ਤੰਬਾਕੂ ਵੀ ਕਰਾਂਗੇ, ਕੁੜੀ ਮਾਰ ਵੀ ਕਰਾਂਗੇ, ਤਾਂ ਤੁਸੀਂ ਤਾਂ ਕੁਛ ਛਕੋ ਵੀ, ਇਹ ਜ਼ਬਰਦਸਤੀ। ਕੋਈ ਸਿੱਖ ਕਿਸੇ ਸਿੱਖ ਕੋਲ ਛਕਣ ਤੋਂ ਇਨਕਾਰੀ ਨਹੀਂ ਗਾ, ਪਰ ਸਿੱਖ ਮਰਿਆਦਾ 'ਚ ਹੋਵੇ, ਕੋਈ ਸਿੱਖ ਸਿੱਖ ਤੋਂ ਛਕਣ ਦੇ ਮਰਿਆਦਾ। ਸਾਨੂੰ ਭਾਈ ਸਾਹਿਬ ਅਸੀਂ ਆਪਣੇ ਧਰਮ ਦਾ ਨੁਕਸਾਨ ਕਰ ਰਹੇ ਹਾਂ। ਇਹਨੇ ਸਵਾਲ ਵੈਲਿਡ ਨੇ, ਮੈਂ ਸਵਾਲ ਬਿਲਕੁਲ ਸਹੀ ਨੇ, ਮੈਂ ਸਵਾਲ ਜੈ ਰੋਸ਼ ਹੋ ਰਿਹਾ ਹੈ ਜੈ ਸਵਾਲ ਨੇ, ਪਰ ਇਹਦਾ ਜਵਾਬ ਇਹੀ ਆ, ਮਰਿਆਦਾ ਠੀਕ ਕਰੋ। ਜਿਹੜੇ ਸਿੱਖ ਮਰਿਆਦਾ ਫੋਲੋ ਕਰਨੀ ਚਾਹੁੰਦੇ ਨੇ, ਉਹਨਾਂ ਨੂੰ ਥੱਲੇ ਨਾ ਗੇਰੋ ਵੀ ਉਹ ਮਰਿਆਦਾ ਛੱਡ ਕੇ ਅਤੇ ਅੱਜ ਕੱਲ੍ਹ ਮਤਲਬ ਐਡਜਸਟ ਕਰਨ। ਸਾਰਿਆਂ ਨੂੰ ਪਿਆਰ ਨਾਲ